ਅਗੋਂ ਆਉਣ ਵਾਲੇ ਇਲੈਕਸ਼ਨ ਲਿਹਾਜ਼ਾ ਮੈਂ ਤੁਹਾਡੇ ਸਾਰਿਆਂ ਨਾਲ ਅਪੀਲ ਇਹ ਕਰਾਂਗਾ ਕਿ ਮਲਿਕ ਰਿਆਜ਼ ਨਾ ਕੋਈ ਜਾਨੀ ਹੈ ਨਾ ਕੋਈ ਕਰਪਟ ਆਦਮੀ ਹੈ ਅਤੇ ਅਸੀਂ ਕੱਲ੍ਹ ਨੂੰ ਕਿਸੇ ਹੋਰ ਨੂੰ ਲਿਆਉਣ ਵਾਸਤੇ ਅਸੀਂ ਇਸ ਬੰਦੇ ਨੂੰ ਹੱਥੋਂ ਨਾ ਗਵਾ ਪਈਏ। ਅੱਜ ਵੀ ਤੁਸੀਂ ਵੇਖ ਲਵੋ ਸੁਬਹਾ ਚਲੇ ਜਾਓ ਮਲਿਕ ਸਾਹਿਬ ਕੋ 9:30-10 ਵਜੇ ਤੁਹਾਨੂੰ ਆਪਣੇ ਦਫ਼ਤਰ 'ਚ ਮਿਲਣਗੇ। ਉੱਥੇ ਕੋਈ ਅਪੁਆਇੰਟਮੈਂਟ ਨਹੀਂ, ਕੋਈ ਉੱਥੇ ਸਿਕਿਉਰਿਟੀ ਗਾਰਡ ਨਹੀਂ ਬੈਠੇ ਜਿਹੜੇ ਧੱਕੇ ਮਾਰ ਕੇ ਤੁਹਾਨੂੰ ਬਾਹਰ ਸੁੱਟਣਗੇ। ਤੁਸੀਂ ਆਜ਼ਾਦ ਬਗੈਰ ਕਿਸੇ ਦੇ ਤਲਕ ਰਾਸਤੇ ਤੋਂ ਤੁਸੀਂ ਜਾ ਕੇ ਮਲਿਕ ਰਿਆਜ਼ ਐਮਐਲਏ ਨੂੰ ਮਿਲ ਸਕਦੇ ਹੋ, ਆਪਣਾ ਮਸਲਾ ਉਹਨਾਂ ਨੂੰ ਦੱਸ ਸਕਦੇ ਹੋ ਅਤੇ ਜਿੱਥੋਂ ਤੱਕ ਪੋਸੀਬਲ ਹੋਵੇ, ਮਸਲਾ ਠੀਕ ਹੋਵੇ, ਤੁਸੀਂ ਹੱਕ 'ਤੇ ਹੋਵੋ, ਤੁਸੀਂ ਜਾਇਜ਼ ਹੋਵੋ, ਮਲਿਕ ਰਿਆਜ਼ ਕਦੀ ਤੁਹਾਡਾ ਨਾ ਸਾਥ ਛੱਡਦਾ ਨਾ ਤੁਹਾਡਾ ਕਦੀ ਕੰਮ ਛੱਡਦਾ। ਮਸਲਾ ਜਾਇਜ਼ ਹੋਵੇ ਸਹੀ, ਹਾਂ ਜੇ ਨਜਾਇਜ਼ ਹੈ ਤਾਂ ਫਿਰ ਮਲਿਕ ਸਾਹਿਬ ਉੱਥੇ ਬੈਠੀਆਂ ਹੀ ਤੁਹਾਨੂੰ ਕਹਿਣਗੇ ਕਿ ਇਹ ਮਸਲਾ ਠੀਕ ਨਹੀਂ, ਇਹ ਕੰਮ ਠੀਕ ਨਹੀਂ, ਇਹਨੂੰ ਚੇਂਜ ਕਰੋ, ਇਹ ਤਰੀਕਾ ਠੀਕ ਨਹੀਂ। ਤੁਹਾਨੂੰ ਇੱਕ ਛੋਟੀ ਜਿਹੀ ਮੈਂ ਸਟੋਰੀ ਸੁਣਾਵਾਂਗਾ